ਉੱਥੇ ਬਸ ਇੱਦਾਂ ਹੀ ਜਵਾਕਾਂ ਨੂੰ ਨਿੱਕਰਾਂ ਟੀ ਸ਼ਰਟਾਂ ਮਿਲਦੀਆਂ ਹੁੰਦੀਆਂ ਸੀਗੀਆਂ। ਬਸ ਮੈਂ ਤਾਂ ਉਹੀ ਲੈਣ ਗਿਆ ਸੀ ਉਸਦੇ ਲਾਲਚ 'ਚ, ਅਤੇ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਮੈਂ ਉਹ ਨਿੱਕਰ ਟੀ ਸ਼ਰਟ ਲੈਣ ਜਾਊਂਗਾ, ਮੈਂ ਵਰਲਡ ਕੱਪ ਲੈ ਜਾਊਂਗਾ ਉਸ ਚੀਜ਼ ਲਈ, ਇਹ ਮੈਂ ਕਦੇ ਸੋਚਿਆ ਨਹੀਂ ਸੀਗਾ। ਮਤਲਬ ਸ਼ੁਰੂਆਤ ਮੇਰੀ ਉੱਥੇ ਹੋਈ ਸੀ। ਉਹਦੀ ਜਿੱਦਾਂ ਇੱਦਾਂ ਹੀ ਪਿੰਡ ਵਾਲੇ ਕਾਫੀ ਜਵਾਕ ਖੇਡਣ ਜਾਂਦੇ ਹੁੰਦੇ ਸੀ, ਅਤੇ ਸਾਡੇ ਘਰ ਦੇ ਮਤਲਬ ਇੰਨੀ ਨੌਲੇਜ ਨਹੀਂ ਸੀਗੀ ਉਸ ਟਾਈਮ 'ਤੇ। ਮਤਲਬ ਮੇਰੇ ਪਾਪਾ ਨੂੰ ਤਾਂ ਸੀਗੀ ਸਪੋਰਟਸ ਬਾਰੇ, ਮੈਂ ਮੰਮੀ ਥੋੜ੍ਹੀ ਰੋਕਦੇ ਹੁੰਦੇ ਸੀਗੇ, ਉਹਨਾਂ ਨੇ ਪਹਿਲਾਂ ਜਾਣ ਨਹੀਂ, ਅਤੇ ਮੈਂ ਉਹਨਾਂ ਨੂੰ ਕਾਫੀ ਜਿੱਦ ਕਰਕੇ ਗਿਆ ਇੱਕ ਦਿਨ। ਇੱਕ ਤਸਵੀਰ ਤੁਹਾਡੀ ਬਹੁਤ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਤੁਸੀਂ ਵਰਲਡ ਕੱਪ ਦੀ ਟਰੋਫੀ ਜਿਹੜੀ ਆ ਉਹਨੂੰ ਨਾਲ ਲੈ ਕੇ ਸੁੱਤੇ ਸੀਗੇ, ਉਹ ਉਸ ਤਸਵੀਰ ਦੀ ਸੱਚਾਈ ਕੀ ਹੈ? ਰੋਜ਼ ਹੀ ਸੋਚ ਕੇ ਸੋਣਾ ਕਿ ਅਸੀਂ 18 ਦਸੰਬਰ ਨੂੰ 2016 ਦੇ ਵਿੱਚ ਫਾਈਨਲ ਮੈਚ ਹੈ, ਵੀ ਤੁਸੀਂ ਉਹ ਜਿਹੜੀ ਟਰੋਫੀ ਤੁਹਾਡੇ ਹੱਥ 'ਚ ਹੋਣੀ ਚਾਹੀਦੀ। ਆ ਹੁਣ ਈਜ਼ੀ ਲੱਗ ਰਿਹਾ ਸਾਰਾ ਕੁਛ, ਉਦੋਂ ਪ੍ਰੈਕਟਿਸ ਕਰਨੀ ਬਹੁਤ ਔਖੀ ਸੀ, ਅਸੀਂ ਬਹੁਤ ਜ਼ਿਆਦਾ ਮੁਸ਼ਕਿਲ ਟਾਈਮ ਕੱਟਿਆ ਮੇਰੇ ਹਿਸਾਬ ਨਾਲ। ਅਤੇ ਫਿਰ ਮੈਂ 2 ਸਾਲ ਟਰਾਇਲ ਦਿੱਤੇ, ਉਦੋਂ ਵੀ ਸਿਲੈਕਟ ਨਹੀਂ ਸੀ ਹੋਇਆ, ਫਿਰ 3ਜੇ ਸਾਲ ਜਾ ਕੇ ਮੈਂ ਇੱਥੇ ਸਿਲੈਕਟ ਹੋਇਆ। ਫਾਦਰ ਸਾਹਿਬ ਤਾਂ ਟਰੱਕ 'ਤੇ ਹੀ ਜਾਂਦੇ ਸੀਗੇ ਸ਼ੁਰੂ ਤੋਂ ਹੀ, ਜਿੱਦਾਂ ਉਹਨਾਂ ਨੇ ਟਰੱਕ, ਉਹ ਕਾਫੀ ਦੇਰ ਬਾਅਦ ਹੀ ਆਉਂਦੇ ਸੀਗੇ, ਜਿੱਦਾਂ ਲਾ ਲਓ 2-2 3-3 ਮਹੀਨੇ ਬਾਹਰ ਹੀ ਸੀਗੇ ਟਰੱਕ 'ਤੇ ਜੀ। ਉਸ ਤੋਂ ਜਦੋਂ ਮਾਤਾ ਜੀ ਹੁੰਦੇ ਸੀਗੇ ਘਰ, ਉਹਨਾਂ ਨੇ ਜਿੱਦਾਂ ਮੱਝਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹੁੰਦੇ ਸੀਗੇ। ਜਿਸ ਦਿਨ ਵਰਲਡ ਚੈਂਪੀਅਨ ਬਣੇ ਬਤੌਰ ਕਪਤਾਨ ਖੇਡ ਰਹੇ ਸੀਗੇ, ਕਿੱਦਾਂ ਦਾ ਉਸ ਦਿਨ ਪ੍ਰੈਸ਼ਰ ਸੀਗਾ? ਫਿਰ ਜਦੋਂ ਵਰਲਡ ਚੈਂਪੀਅਨ ਬਣੇ ਪਿੰਡ ਖਬਰ ਕਿਵੇਂ ਫਿਰ ਪਹੁੰਚਾਈ, ਘਰਦਿਆਂ ਨਾਲ ਗੱਲ ਕੀ ਬਾਤ ਹੋਈ ਉਸ? ਐਮੀ ਵਿਰਕ ਹੋਣਾ ਨਾਲ ਫਿਰ ਕਿੱਦਾਂ ਦਾ ਰਿਹਾ ਉਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ? ਜਦੋਂ ਸਕ੍ਰਿਪਟ ਲਿਖਾਈ ਹੋਊਗੀ ਉਦੋਂ ਵੀ ਤੁਹਾਡੀ ਮਦਦ ਲਈ ਹੋਊਗੀ ਉਹਨਾਂ ਨੇ, ਤੁਸੀਂ ਕਹਾਣੀ ਆਪਣੀ ਸੁਣਾਈ ਹੋਊਗੀ? ਸਾਰੀਆਂ ਚਰਚਾਵਾਂ ਇੱਦਾਂ ਹੁੰਦੀਆਂ ਨੇ ਵੀ ਫਿਲਮ ਦੇ ਵੱਲ ਹਰਜੀਤੇ ਨੇ ਧਿਆਨ ਜ਼ਿਆਦਾ ਦੇ ਦਿੱਤਾ ਅਤੇ ਉਸਦੀ ਗੇਮ ਜਿਹੜੀ ਹੈ ਦੂਸਰੇ ਪਾਸੇ ਢਿੱਲੀ ਹੁੰਦੀ ਗਈ, ਔਰ ਉਹ ਸੀਨੀਅਰਸ ਜਿਸ ਮੁਕਾਮ ਤੱਕ ਪਹੁੰਚਣਾ ਚਾਹੁੰਦਾ ਸੀ ਉਹ ਥੋੜ੍ਹਾ ਜਿਹਾ ਉਹਦੇ ਵਿੱਚ ਵਿਰਾਮ ਆਇਆ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ, ਮੈਂ ਹਾਂ ਸੁਖਵਿੰਦਰ ਸਿੰਘ। ਕੁਰਾਲੀ ਦੇ ਇੱਕ ਛੋਟੇ ਜਿਹੇ ਪਿੰਡ ਦਾ ਨੌਜਵਾਨ ਹਰਜੀਤਾ ਇਨਾਮ ਨਾ ਸਿਰਫ ਵਿਸ਼ਵ ਦੇ ਨਕਸ਼ੇ ਦੇ ਉੱਤੇ ਉੱਭਰ ਕੇ ਸਾਹਮਣੇ ਆਇਆ, ਬਲਕਿ ਉਸ ਤੋਂ ਅਗਲੇ ਸਾਲਾਂ ਦੇ ਵਿੱਚ ਵੱਡੇ ਪਰਦਿਆਂ ਦੇ ਉੱਤੇ ਵੀ ਇਸ ਨਾਮ ਦੀ ਖੂਬ ਚਰਚਾ ਹੋਈ। ਹਰਜੀਤ ਸਿੰਘ ਤੁੱਲੀ 2016 ਦੇ ਵਿੱਚ ਯੂਨੀਅਨ ਵਰਲਡ ਕੱਪ ਜਿੱਤਿਆ, ਬਤੌਰ ਕਪਤਾਨ ਖੇਡੇ। ਇੰਨੀ ਪਰਫੋਰਮੈਂਸ, ਇੰਨਾ ਲਗਾਵ ਸੀਗਾ, ਇੰਨੀ ਦਿਲੀ ਇੱਛਾ ਸੀਗੀ ਕਿ ਰਾਤ ਨੂੰ ਵਰਲਡ ਕੱਪ ਦੀ ਜਿਹੜੀ ਟਰੋਫੀ ਸੀ ਉਸ ਨੂੰ ਆਪਣੇ ਬੈੱਡ ਦੇ ਉੱਤੇ ਆਪਣੇ ਨਾਲ ਲੈ ਕੇ ਸੁੱਤਾ ਕਿ ਉਸਦਾ ਅਰਮਾਨ ਪੂਰਾ ਹੋਇਆ। ਅੱਜ ਸਾਡੇ ਨਾਲ ਹਰਜੀਤ ਸਿੰਘ ਹਰਜੀਤਾ ਮੌਜੂਦ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਈ ਜੀ। ਬਹੁਤ ਬਹੁਤ ਸਵਾਗਤ ਹੈ ਹਮਦਰਦ ਟੀਵੀ ਬਾਈ। ਥੈਂਕ ਯੂ ਸੋ ਮੱਚ ਬਾਈ ਜੀ। ਹਰਜੀਤ ਸਿੰਘ ਤੋਂ ਹਰਜੀਤਾ ਨਾਂ ਦੇ ਵਿੱਚ ਤਬਦੀਲੀ, ਇੱਕ ਜਿਸ ਤਰੀਕੇ ਦੇ ਨਾਲ ਹੀ ਵੱਡੇ ਪਰਦੇ ਦੇ ਉੱਤੇ ਵੀ ਫਿਲਮ ਬਣੀ, ਬਾਇਓਪਿਕ ਬਣੀ, ਬਹੁਤ ਲੋਕਾਂ ਦੇ ਕੋਲੋਂ ਪਿਆਰ ਮਿਲਿਆ। ਸ਼ੁਰੂਆਤ ਕਿਵੇਂ ਹੋਈ ਸੀ ਹਾਕੀ ਦੀ? ਹਾਕੀ ਦੀ ਸ਼ੁਰੂਆਤ ਭਾਅ ਜੀ, ਮੈਂ ਤਾਂ ਬਸ ਇੱਕ ਨਿੱਕਰ ਟੀ ਸ਼ਰਟ ਲੈਣ ਹੀ ਗਿਆ ਸੀ, ਜਿੱਦਾਂ ਕੁਰਾਲੀ ਦੇ ਵਿੱਚ ਅਕੈਡਮੀ ਖੁੱਲ੍ਹੀ ਸੀਗੀ ਗੋਪਾਲ ਹਾਕੀ ਅਕੈਡਮੀ ਜੀ, ਉੱਥੇ ਬਸ ਇੱਦਾਂ ਹੀ ਜਵਾਕਾਂ ਨੂੰ ਨਿੱਕਰਾਂ ਟੀ ਸ਼ਰਟਾਂ ਮਿਲਦੀਆਂ ਹੁੰਦੀਆਂ ਸੀਗੀਆਂ। ਬਸ ਮੈਂ ਤਾਂ ਉਹੀ ਲੈਣ ਗਿਆ ਸੀ ਉਸਦੇ ਲਾਲਚ 'ਚ, ਅਤੇ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਮੈਂ ਉਹ ਨਿੱਕਰ ਟੀ ਸ਼ਰਟ ਲੈਣ ਜਾਊਂਗਾ, ਮੈਂ ਵਰਲਡ ਕੱਪ ਲੈ ਕੇ ਆਊਂਗਾ ਉਸ ਚੀਜ਼ ਲਈ, ਇਹ ਮੈਂ ਕਦੇ ਸੋਚਿਆ ਨਹੀਂ ਸੀਗਾ। ਮਤਲਬ ਸ਼ੁਰੂਆਤ ਮੇਰੀ ਉੱਥੇ ਹੋਈ ਸੀਗੀ। ਕਿੰਨੀ ਉਮਰ ਸੀਗੀ ਜਦੋਂ ਇਹ ਸ਼ੁਰੂਆਤ, ਜਦੋਂ ਨਿੱਕਰ ਟੀ ਸ਼ਰਟ ਵਾਲੀ ਫਿਲਮ ਦੇ ਵਿੱਚ ਵੀ ਬਹੁਤ ਸਾਰੇ ਦਰਸ਼ਕਾਂ ਨੇ ਲਿਖਿਆ, ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਜੇ ਫਿਲਮ ਤੋਂ ਹਟ ਕੇ ਵੀ ਕਰਾਂਗੇ? ਉਦੋਂ ਏਜ ਤਾਂ ਮੈਨੂੰ ਇੰਨਾ ਪਤਾ ਨਹੀਂ ਕਿੰਨੀ ਹੋ ਗਈ, ਬਟ ਮੈਂ 3ਜੀ 4ਵੀਂ ਕਲਾਸ 'ਚ ਪੜ੍ਹਦਾ ਹੁੰਦਾ ਸੀਗਾ, ਬਹੁਤ ਛੋਟਾ ਹੁੰਦਾ ਸੀ ਉਦੋਂ ਜੀ। ਉਦੋਂ ਜਿੱਦਾਂ ਇੱਦਾਂ ਹੀ ਪਿੰਡ ਵਾਲੇ ਕਾਫੀ ਜਵਾਕ ਖੇਡਣ ਜਾਂਦੇ ਹੁੰਦੇ ਸੀ, ਅਤੇ ਸਾਡੇ ਘਰ ਦੇ ਮਤਲਬ ਇੰਨੀ ਨੌਲੇਜ ਨਹੀਂ ਸੀਗੀ ਉਸ ਟਾਈਮ 'ਤੇ। ਮਤਲਬ ਮੇਰੇ ਪਾਪਾ ਨੂੰ ਤਾਂ ਸੀਗੀ ਸਪੋਰਟਸ ਬਾਰੇ, ਮੈਂ ਮੰਮੀ ਥੋੜ੍ਹੀ ਰੋਕਦੇ ਹੁੰਦੇ ਸੀਗੇ, ਉਹਨਾਂ ਨੇ ਪਹਿਲਾਂ ਜਾਣ ਨਹੀਂ, ਅਤੇ ਮੈਂ ਉਹਨਾਂ ਨੂੰ ਕਾਫੀ ਜਿੱਦ ਕਰਕੇ ਗਿਆ ਇੱਕ ਦਿਨ, ਫਿਰ ਉਹ ਚੀਜ਼ ਮੈਨੂੰ ਲੈਣ ਲਈ। ਅੱਛਾ ਬਾਈ, ਜਿਵੇਂ ਚਲੋ ਨਿੱਕਰ ਅਤੇ ਟੀ ਸ਼ਰਟ ਦੇ ਲਾਲਚ ਵਿੱਚ ਸ਼ੁਰੂਆਤ ਕੀਤੀ ਗੇਮ ਦੀ, ਔਰ ਇੱਕ ਵਰਲਡ ਚੈਂਪੀਅਨ ਬਣੇ ਬਤੌਰ ਕੈਪਟਨ ਖੇਡਣ ਦਾ ਮੌਕਾ ਮਿਲਿਆ। ਇੱਕ ਤਸਵੀਰ ਤੁਹਾਡੀ ਬਹੁਤ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਤੁਸੀਂ ਵਰਲਡ ਕੱਪ ਦੀ ਟਰੋਫੀ ਜਿਹੜੀ ਆ ਉਹਨੂੰ ਨਾਲ ਲੈ ਕੇ ਸੁੱਤੇ ਸੀਗੇ, ਉਹ ਉਸ ਤਸਵੀਰ ਦੀ ਸੱਚਾਈ ਕੀ ਹੈ? ਦੇਖੋ ਜੀ, ਅਸੀਂ 2014 ਦੇ ਵਿੱਚ ਇਹ ਜਿਹੜਾ ਇੱਕ ਮਿਸ਼ਨ ਸਾਡੇ ਕੋਚ ਸਾਹਿਬ ਨੇ ਦੱਸਿਆ ਸੀਗਾ, ਹਰਿੰਦਰ ਕੋਚ ਸਾਹਿਬ ਨੇ, ਵੀ ਇਹ ਇੱਕ ਮਿਸ਼ਨ ਆ ਤੁਹਾਡਾ, ਵੀ ਇਸ ਚੀਜ਼ ਨੂੰ ਤੁਸੀਂ ਰੋਜ਼ ਹੀ ਸੋਚ ਕੇ ਸੋਣਾ ਕਿ ਅਸੀਂ 18 ਦਸੰਬਰ ਨੂੰ 2016 ਦੇ ਵਿੱਚ ਫਾਈਨਲ ਮੈਚ ਆ, ਵੀ ਤੁਸੀਂ ਉਹ ਜਿਹੜੀ ਟਰੋਫੀ ਤੁਹਾਡੇ ਹੱਥ 'ਚ ਹੋਣੀ ਚਾਹੀਦੀ। ਅਤੇ ਉਹਨੇ ਮਤਲਬ ਸਾਨੂੰ 3 ਸਾਲ ਪਹਿਲਾਂ ਹੀ ਇਹ ਚੀਜ਼ ਦੱਸਤੀ ਸੀਗੀ, ਅਤੇ ਪੂਰੀ ਟੀਮ ਦੀ ਇੱਕੋ ਹੀ ਸੋਚ ਬਣ ਚੁੱਕੀ ਸੀ ਜਦੋਂ ਲਾਸਟ ਟਾਈਮ ਤੱਕ ਆਇਆ, ਅਤੇ ਉਸ ਤੋਂ ਸੈਮੀਫਾਈਨਲ ਜਦੋਂ ਅਸੀਂ ਜਿੱਤੇ ਉਸ ਤੋਂ ਬਾਅਦ ਇੱਕ ਦਿਨ ਦੀ ਰੈਸਟ ਸੀਗੀ, ਅਤੇ ਉਹ ਮੈਂ ਇੱਦਾਂ ਹੀ ਇੰਸਟਾਗ੍ਰਾਮ ਆਪਾਂ ਚਲਾ ਰਹੇ ਸੀਗੇ ਬੈਠੇ, ਉੱਥੇ ਮੈਨੂੰ ਇੱਕ ਜਰਮਨ ਦੇ ਪਲੇਅਰ ਦੀ ਫੋਟੋ ਸ਼ੋ ਹੋਈ, ਉਹਨੇ ਮਤਲਬ ਆਪਣੀ ਟੀਮ ਨੂੰ ਲਾਸਟ ਵਰਲਡ ਕੱਪ ਉਹ ਜਿੱਤੇ ਸੀਗੇ, ਉਹਨੇ ਆਪਦੀ ਟੀਮ ਨੂੰ ਇੱਕ ਲਿਖ ਕੇ ਪਾਇਆ ਸੀਗਾ ਕਿ ਇਹ ਜਿਹੜੀ ਟਰੋਫੀ ਮੈਨੂੰ ਵਾਪਸ ਚਾਹੀਦੀ ਆ, ਵੀ ਤੁਸੀਂ ਇੱਦਾਂ ਦਾ ਪਰਫੋਰਮੈਂਸ ਦਿਓ। ਅਤੇ
ਮੈਨੂੰ ਉਹ ਬਹੁਤ ਵਧੀਆ ਲੱਗੀ ਚੀਜ਼ ਕਿ ਯਾਰ ਇੱਦਾਂ ਹੀ ਜੇ ਅਸੀਂ ਜਿੱਤਾਂਗੇ ਤਾਂ ਮੈਂ ਵੀ ਇੱਦਾਂ ਹੀ ਲੈ ਕੇ ਸੌਂਗਾ ਅਤੇ ਬਸ ਉਸੀ ਚੀਜ਼ ਨੂੰ ਸੋਚ ਕੇ ਮੈਂ ਅਸੀਂ ਫਾਈਨਲ ਖੇਡਿਆ ਅਤੇ ਉਹ ਚੀਜ਼ ਮੇਰੇ ਹੱਥ 'ਚ ਸੀਗੇ ਅਤੇ ਮੈਂ ਉਹੀ ਪੂਰੀ ਆਪਣਾ ਜਿੰਨਾ ਵੀ ਹਾਰਡਵਰਕ 3 ਸਾਲਾਂ ਤੋਂ ਅਸੀਂ ਉਸ ਚੀਜ਼ ਲਈ ਕੀਤਾ ਉਸ ਚੀਜ਼ ਨੂੰ ਮੈਂ ਸੋਚ ਰਿਹਾ ਸੀ ਕਿ ਵਾਕਈ ਵੀ ਆਹ ਹੁਣ ਈਜ਼ੀ ਲੱਗ ਰਿਹਾ ਸਾਰਾ ਕੁਛ ਉਦੋਂ ਪ੍ਰੈਕਟਿਸ ਕਰਨੀ ਬਹੁਤ ਔਖੀ ਸੀ ਅਸੀਂ ਬਹੁਤ ਜ਼ਿਆਦਾ ਮੁਸ਼ਕਿਲ ਟਾਈਮ ਕੱਟਿਆ ਮੇਰੇ ਹਿਸਾਬ ਨਾਲ ਤਾਂ ਬਟ ਜਦੋਂ ਚੀਜ਼ ਮਿਲ ਜਾਂਦੀ ਆ ਬਹੁਤ ਸਕੂਨ ਮਿਲਦਾ ਜੀ ਜਿਵੇਂ ਬਈ ਕੁਰਾਲੀ ਇੱਕ ਛੋਟਾ ਜਿਹਾ ਕਸਬਾ ਕਹਿ ਸਕਦੇ ਹਾਂ ਉੱਥੇ ਛੋਟਾ ਜਿਹਾ ਪਿੰਡ ਉਸ ਤੋਂ ਸ਼ੁਰੂ ਹੋ ਕੇ ਜਲੰਧਰ ਸੁਰਜੀਤ ਹਾਕੀ ਸਟੇਡੀਅਮ ਦੇ ਵਿੱਚ ਪਹੁੰਚਣਾ ਮੈਟਾਂ ਦੇ ਉੱਤੇ ਖੇਡਣਾ ਇਸ ਤੋਂ ਅੱਗੇ ਇੰਡੀਅਨ ਟੀਮ ਦੇ ਵਿੱਚ ਜਾਣਾ ਇਹ ਸਫ਼ਰ ਕਿੱਦਾਂ ਦਾ ਸੀਗਾ ਕਿਸ ਤਰੀਕੇ ਦੀਆਂ ਜਿਹੜੀਆਂ ਮੁਸ਼ਕਲਾਂ ਤੁਹਾਨੂੰ ਆਉਂਦੀਆਂ ਸੀ ਦੇਖੋ ਸਫ਼ਰ ਤਾਂ ਮਤਲਬ ਫੈਮਿਲੀ ਮੈਨੂੰ ਜਿੱਦਾਂ ਸਪੋਰਟ ਤਾਂ ਹੈਗੀ ਸੀ ਬਟ ਬਹੁਤ ਉਹ ਜਿੱਦਾਂ ਉਹਨਾਂ ਦੇ ਹਾਲਾਤ ਦੇਖ ਲਓ ਉਸ ਟਾਈਮ 'ਤੇ ਉਹਨਾਂ ਇੰਨੇ ਵਧੀਆ ਨਹੀਂ ਸੀਗੇ ਜੀ ਬਟ ਮੈਂ ਕਦੇ ਵੀ ਮਤਲਬ ਇੱਦਾਂ ਫੈਮਿਲੀ ਬਾਰੇ ਜ਼ਿਆਦਾ ਸੋਚਿਆ ਨਹੀਂ ਆ ਕਿ ਜਿਵੇਂ ਵੀ ਆਪਣਾ ਲਾ ਲਓ ਤੁਸੀਂ ਕਾਫੀ ਹਰੇਕ ਦੇ ਘਰ 'ਚ ਪ੍ਰੋਬਲਮ ਆਉਂਦੀਆਂ ਜੇ ਆਪਾਂ ਉਹਨਾਂ ਨੂੰ ਜਾ ਉਸੇ ਟਾਈਮ ਕਿਉਂਕਿ ਉਦੋਂ ਮੇਰੀ ਇੰਨੀ ਏਜ ਵੀ ਨਹੀਂ ਸੀਗੀ ਕਿ ਮੈਂ ਉਹ ਚੀਜ਼ਾਂ ਦੀ ਟੈਨਸ਼ਨ ਲੈ ਕੇ ਬਹਿ ਜਾਂਦਾ ਅਤੇ ਬਟ ਮੈਂ ਇਹੀ ਸੋਚਿਆ ਕਿ ਯਾਰ ਇਹ ਮੈਂ ਹੀ ਇਹ ਚੀਜ਼ਾਂ ਦਾ ਸੁਧਾਰ ਕਰਨਾ ਅਤੇ ਬਸ ਮੈਂ ਉਹੀ ਬਸ ਉਹ ਚੀਜ਼ ਮੈਂ ਮਿਹਨਤ ਹੀ ਕੀਤੀ ਆ ਅਤੇ ਮੈਨੂੰ ਕਾਫੀ ਜਿਵੇਂ ਲਾ ਲਓ ਜੀ ਹੌਲੀ ਹੌਲੀ ਆਹ ਅਕੈਡਮੀ ਦਾ ਪਤਾ ਲੱਗਿਆ ਅਤੇ ਮੇਰੇ ਸੀਨੀਅਰ ਪਲੇਅਰ ਜਿੱਦਾਂ ਅਸੀਂ ਕੁਰਾਲੀ ਖੇਡਣ ਜਾਂਦੇ ਸੀਗੇ ਉਹ ਦੱਸਦੇ ਸੀਗੇ ਵੀ ਆਹ ਅਕੈਡਮੀ ਆ ਇੱਥੇ ਬੰਦਾ ਬਹੁਤ ਵਧੀਆ ਪਲੇਅਰ ਬਣ ਜਾਂਦਾ ਜੇ ਮਿਹਨਤ ਕਰੇ ਅਤੇ ਮੇਰਾ ਵੀ ਸੁਪਨਾ ਸਭ ਤੋਂ ਪਹਿਲਾਂ ਇੱਥੇ ਆਉਂਦਾ ਸੀਗਾ ਇੱਥੇ ਫਿਰ ਮੈਂ 2 ਸਾਲ ਟਰਾਇਲ ਦਿੱਤੇ ਉਦੋਂ ਵੀ ਸਿਲੈਕਟ ਨਹੀਂ ਸੀ ਹੋਇਆ ਫਿਰ 3 ਸਾਲ ਜਾ ਕੇ ਮੈਂ ਇੱਥੇ ਸਿਲੈਕਟ ਹੋਇਆ ਫਿਰ ਉਸ ਤੋਂ ਬਾਅਦ ਇੱਥੇ ਮੈਨੂੰ ਬਹੁਤ ਵਧੀਆ ਸੀਨੀਅਰ ਮਿਲਿਆ ਕਾਫੀ ਹੈਲਪਫੁੱਲ ਜਿਨ੍ਹਾਂ ਨੇ ਮੇਰੇ ਨਾਲ ਮੇਰੇ ਫਰੈਂਡ ਆ ਉਹਨਾਂ ਨੇ ਕਾਫੀ ਹੈਲਪ ਕੀਤੀ ਕਦੇ ਮਤਲਬ ਮੈਂ ਇੰਨਾ ਮਹਿਸੂਸ ਜਿਹਾ ਨਹੀਂ ਹੋਣ ਦਿੱਤਾ ਕਿ ਮੇਰੇ ਕੋਲ ਕੁਛ ਹੈ ਨਹੀਂ ਆ ਜੋ ਵੀ ਮੈਨੂੰ ਚੀਜ਼ ਦੀ ਲੋੜ ਸੀਗੀ ਕਿਤੇ ਨਾ ਕਿਤੇ ਮੈਨੂੰ ਮਿਲ ਜਾਂਦੀ ਸੀਗੀ ਉਸ ਤੋਂ ਬਾਅਦ ਫੈਮਿਲੀ ਨੇ ਵਧੀਆ ਸਪੋਰਟ ਕਰਨਾ ਸ਼ੁਰੂ ਕਰਤਾ ਜੀ ਫਾਦਰ ਸਾਹਿਬ ਕੀ ਕਰਦੇ ਸੀਗੇ ਉਦੋਂ ਘਰ ਦੇ ਹਾਲਾਤ ਜੇ ਆਰਥਿਕ ਤੌਰ ਦੀ ਗੱਲ ਕੀਤੀ ਜਾਵੇ ਤਾਂ ਉਹ ਕਿੱਦਾਂ ਦੇ ਹਾਲਾਤ ਸੀਗੇ ਫਾਦਰ ਸਾਹਿਬ ਕਿਵੇਂ ਜਿਹੜੀ ਹੈ ਕਮਾਈ ਕਰਦੇ ਸੀ ਫਾਦਰ ਸਾਹਿਬ ਤਾਂ ਟਰੱਕ 'ਤੇ ਹੀ ਜਾਂਦੇ ਸੀਗੇ ਸ਼ੁਰੂ ਤੋਂ ਜੀ ਜਿੱਦਾਂ ਉਹਨਾਂ ਨੇ ਟਰੱਕ ਉਹ ਕਾਫੀ ਦੇਰ ਬਾਅਦ ਹੀ ਆਉਂਦੇ ਸੀਗੇ ਜਿੱਦਾਂ ਲਾ ਲਓ 2-2 3-3 ਮਹੀਨੇ ਬਾਹਰ ਹੀ ਸੀਗੇ ਟਰੱਕ 'ਤੇ ਜੀ ਉਸ ਤੋਂ ਜਦੋਂ ਇਹ ਮਾਤਾ ਜੀ ਹੁੰਦੇ ਸੀਗੇ ਘਰੇ ਉਹਨਾਂ ਨੇ ਜਿੱਦਾਂ ਮੱਝਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹੁੰਦੇ ਸੀਗੇ ਇੱਦਾਂ ਮਤਲਬ ਚੱਲੀ ਜਾਂਦੇ ਸੀ ਉਹਨਾਂ ਨੇ ਸਾਨੂੰ ਕਦੇ ਮਹਿਸੂਸ ਜਿਹਾ ਬਹੁਤ ਘੱਟ ਹੋਣ ਦਿੱਤਾ ਜਿੱਦਾਂ ਵੀ ਹਾਂ ਕਦੇ ਸਾਡੇ ਜਵਾਕ ਭੁੱਖੇ ਨਾ ਰਹਿਣ ਉਹਨਾਂ ਨੇ ਕਾਫੀ ਵਧੀਆ ਬਸ ਉਸੀ ਚੀਜ਼ ਨੂੰ ਦੇਖ ਕੇ ਕਿ ਯਾਰ ਇਹ ਮਿਹਨਤ ਕਰ ਰਿਹਾ ਵੀ ਸਾਡਾ ਵੀ ਮਤਲਬ ਇੱਕ ਫਰਜ਼ ਬਣਦਾ ਕਿ ਅਸੀਂ ਵੀ ਹੁਣ ਜਦੋਂ ਸਾਡੀ ਉਮਰ ਆਈ ਆ ਅਸੀਂ ਵੀ ਕੁਛ ਕਰੀਏ ਅੱਛਾ ਉਹ ਜਿਹੜਾ ਪਲ ਸੀਗਾ ਜਿਸ ਦਿਨ ਵਰਲਡ ਚੈਂਪੀਅਨ ਬਣੇ ਬਤੌਰ ਕਪਤਾਨ ਖੇਡ ਰਹੇ ਸੀਗੇ ਕਿੱਦਾਂ ਦਾ ਉਸ ਦਿਨ ਪ੍ਰੈਸ਼ਰ ਸੀਗਾ ਫਿਰ ਜਦੋਂ ਵਰਲਡ ਚੈਂਪੀਅਨ ਬਣੇ ਪਿੰਡ ਖਬਰ ਕਿਵੇਂ ਫਿਰ ਪਹੁੰਚਾਈ ਘਰਦਿਆਂ ਨਾਲ ਗੱਲ ਕੀ ਬਾਤ ਹੋਈ ਉਸ ਉਦੋਂ ਜਿੱਦਾਂ ਇੱਕ ਮਤਲਬ ਇੱਦਾਂ ਦਾ ਹੀ ਲੱਗ ਰਿਹਾ ਸੀਗਾ ਵੀ ਯਾਰ ਜਿੱਦਾਂ ਅਸੀਂ ਪਹਿਲੇ ਦਿਨ ਜਦੋਂ ਅਸੀਂ ਵਰਲਡ ਕੱਪ ਖੇਡਣ ਲੱਗ ਗਏ ਸੀ ਨਾ ਹੌਲੀ 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 ਸਾਨੂੰ ਐਂ ਲੱਗਣ ਲੱਗ ਗਿਆ ਵੀ ਯਾਰ ਮਤਲਬ ਮੁਸ਼ਕਲ ਨਹੀਂ ਹੈਗੀ ਚੀਜ਼ ਜੇ ਆਪਾਂ ਪੂਰਾ ਐਵੇਂ ਹੀ ਮੈਚ ਬਾਏ ਮੈਚ ਫੋਕਸ ਹੋ ਕੇ ਚੱਲੀਏ ਅਤੇ ਉੱਦਾਂ ਹੀ ਟੀਮ ਨੇ ਖੇਡਿਆ ਮਤਲਬ ਪ੍ਰੈਸ਼ਰ ਹੁੰਦਾ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਕਿਉਂਕਿ ਆਪਣਾ ਕਰਾਊਡ ਹੁੰਦਾ ਸਾਰੇ ਆਪਣੇ ਲੋਕ ਹੁੰਦੇ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਉਮੀਦਾਂ ਹੁੰਦੀਆਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਉਮੀਦਾਂ ਕਰ ਲੈਂਦੇ ਯਾਰ ਕਿਤੇ ਨਾ ਕਿਤੇ ਖੇਡਣ ਕਿਉਂਕਿ ਅਸੀਂ ਸਾਰੇ ਮੈਚ ਬਹੁਤ ਵਧੀਆ ਖੇਡਦੇ ਆ ਰਹੇ ਸੀ ਅਤੇ ਉਦੋਂ ਅਸੀਂ ਬਸ ਜਿੱਦਾਂ ਅਸੀਂ ਇੰਨਾ ਜ਼ਿਆਦਾ ਮਾਇੰਡ ਦੇ ਉਹ ਨਹੀਂ ਹੋਣ ਦਿੱਤਾ ਕਿ ਅਸੀਂ ਜਿੱਤ ਗਏ ਹਾਂ ਸਾਡਾ ਹੀ ਆ ਸਾਰਾ ਕੁਛ ਮਤਲਬ ਅਸੀਂ ਬਸ ਮੈਚ ਨੂੰ ਹੀ ਲੈ ਕੇ ਚੱਲੇ ਸੀਗੇ ਉਹ ਅਸੀਂ ਇੰਨਾ ਬਹੁਤ ਜ਼ਿਆਦਾ ਵਧੀਆ ਮੈਚ ਖੇਡੇ ਅਤੇ ਉਹ ਤੋਂ ਬਾਅਦ ਜਦੋਂ ਅਸੀਂ ਜਿੱਦਾਂ ਸਾਰੀ ਟੀਮ ਦਾ ਇੱਕ ਡ੍ਰੀਮ ਸੀਗਾ 3 ਸਾਲ ਦਾ ਉਹ ਪੂਰਾ ਹੋਇਆ ਮਤਲਬ ਇੱਕ ਖੁਸ਼ੀ ਹੋਰ ਹੀ ਸੀਗੀ ਜਿੱਦਾਂ ਕੋਈ ਵੀ ਜਿਹੜੀ ਚੀਜ਼ ਆਪਾਂ ਸੋਚੀ ਉਹ ਆਪਾਂ ਨੂੰ ਮਿਲ ਜੇ ਮਤਲਬ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਘਰ ਦੇ ਹਾਲਾਤਾਂ ਦੇ ਵਿੱਚ ਕੁਝ ਫਰਕ ਪਿਆ ਜਦੋਂ ਵਰਲਡ ਚੈਂਪੀਅਨ ਬਣੇ ਕੈਪਟਨ ਬਣ ਗਏ ਤਾਂ ਘਰ ਦੇ ਹਾਲਾਤਾਂ ਦੇ ਵਿੱਚ ਕੁਝ ਫਰਕ ਪਿਆ ਕਿਉਂਕਿ ਆਪਾਂ ਪਹਿਲੀਆਂ ਤਸਵੀਰਾਂ ਦੇਖੀਆਂ ਸੀ ਕੱਚਾ ਘਰ ਹੁੰਦਾ ਸੀ ਹਾਕੀ ਨੇ ਮਤਲਬ ਜੇ ਲਾ ਲਓ ਹਾਕੀ ਨੇ ਬਹੁਤ ਕੁਝ ਦਿੱਤਾ ਜੀ ਜਿਵੇਂ ਸਾਰਾ ਘਰ ਬਾਰ ਜਿੱਦਾਂ ਜਿਵੇਂ ਹਾਕੀ ਇੰਡੀਆ ਲੀਗ ਹੁੰਦੀ ਸੀਗੀ ਹਾਕੀ ਇੰਡੀਆ ਨੇ ਲੀਗ ਕਰਵਾਈ ਸੀਗੀ ਜਿਹੜੀ ਉਹਦੇ ਵਿੱਚ ਜੋ ਮਿਲਦਾ ਉਹ ਤੋਂ ਬਾਅਦ ਜਿਵੇਂ ਮੈਂ ਜੂਨੀਅਰ ਪਲੇਅਰ ਨਿਕਲਿਆ ਸੀ ਜੂਨੀਅਰ ਪਲੇਅਰ ਆਫ ਦਾ ਈਅਰ ਉੱਦਾਂ ਪੈਸੇ ਮਿਲਦੇ ਇੱਦਾਂ ਬਹੁਤ ਜਿੱਦਾਂ ਘਰ ਦੇ ਹਾਲਾਤ ਜਿਵੇਂ ਮੇਨ ਇੱਕ ਘਰ ਮੈਂ ਹਾਕੀ ਦੇ ਸਿਰ 'ਤੇ ਹੀ ਬਣਾਇਆ ਸਾਰਾ ਕੁਛ ਹੀ ਸਾਰਾ ਕੁਛ ਮਤਲਬ ਜੋ ਆਪਣਾ ਘਰ ਬਣਾਇਆ 2016 ਦੇ ਵਿੱਚ ਹੀ ਫਿਰ ਦੁਆਰੇ ਸਾਰਾ ਕੁਛ ਮਤਲਬ ਹਾਕੀ ਨਹੀਂ ਦਿੱਤਾ ਜੀ ਜੋਬ ਵੀ ਜੋ ਵੀ ਹੈ ਜੀ ਕਿਹੜੇ ਮਹਿਕਮੇ ਜੋਬ ਕਰਦੇ ਹੋ ਮੈਂ BPCL ਦੇ ਵਿੱਚ ਹਾਂ ਜੀ ਭਾਰਤ ਪੈਟਰੋਲੀਅਮ 'ਚ ਹਾਂਜੀ ਵਧੀਆ ਗੁਜ਼ਾਰਾ ਵੀ ਚੱਲ ਰਿਹਾ ਨਾਲ ਪ੍ਰੈਕਟਿਸ ਹਾਂਜੀ ਹਾਂਜੀ ਐਨ ਵਧੀਆ ਬਾਈ ਫਿਲਮ ਇੱਕ ਆਪਾਂ ਪਰਦੇ ਦੇ ਉੱਤੇ ਦੇਖਦੇ ਹਾਂ ਤਾਂ ਡਾਇਰੈਕਟਰਸ ਸਟੋਰੀ ਜਿਹੜਾ ਲਿਖਦਾ ਰਾਈਟਰ ਹੈ ਉਹ ਬਹੁਤ ਕੁਛ ਇੰਪਰੋਵਾਈਜ਼ ਕਰ ਲੈਂਦਾ ਹੋਊਗਾ ਫਿਲਮ ਬਣੀ ਤੁਹਾਡੇ ਉੱਤੇ ਐਮੀ ਵਿਰਕ ਹੋਣਾ ਦੀ ਬਹੁਤ ਸੁਪਰ ਡੁਪਰ ਹਿੱਟ ਗਈ ਫਿਲਮ ਦੇ ਵਿੱਚ ਜੋ ਕਹਾਣੀ ਦਿਖਾਈ ਹੈ ਅਤੇ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਕੁਝ ਫਰਕ ਪਾਇਆ ਸੀ ਉਹਨਾਂ ਨੇ ਕੁਝ ਚੇਂਜ ਕੀਤਾ ਸੀ ਕੋਈ ਬਦਲਾਅ ਹੋਇਆ ਸੀ ਉਹ 'ਚ ਜ਼ਿਆਦਾ ਤਾਂ ਮੇਰੇ ਹਿਸਾਬ ਨਾਲ ਕੋਈ ਬਦਲਾਅ ਨਹੀਂ ਵੈਸੇ ਤਾਂ ਸਾਰਾ ਕੁਛ ਜੋ ਮੈਂ ਦੱਸਿਆ ਉਹਨਾਂ ਨੇ ਉਹੀ ਕੁਛ ਪਾਇਆ ਮਤਲਬ ਥੋੜ੍ਹੀਆਂ ਬਹੁਤੀਆਂ ਚੀਜ਼ਾਂ ਉਹਨਾਂ ਨੂੰ ਕਰਨੀਆਂ ਪੈਂਦੀਆਂ ਜਿਵੇਂ ਮਤਲਬ ਵਧੀਆ ਲੱਗਣ ਲੋਕਾਂ ਨੂੰ ਜੀ ਉਹ ਚੀਜ਼ਾਂ ਉਹਨਾਂ ਨੇ ਆਪਣੇ ਕੋਲ ਕੀਤੀਆਂ ਥੋੜ੍ਹੀਆਂ ਬਹੁਤ ਜੀ ਦੱਸ ਸਕਦੇ ਹੋ ਕਿਹੜੀ ਕਿਹੜੀ
ਬਾਕੀ ਜਿੱਦਾਂ ਲਾ ਲਓ ਜੀ ਇੱਕ ਕੋਚ ਵਾਲਾ ਸੀਨ ਸੀਗਾ ਉਹ ਥੋੜ੍ਹਾ ਜਿਹਾ ਥੋੜ੍ਹੀ ਲਵ ਸਟੋਰੀ ਉਹਨਾਂ ਨੇ ਉਹ ਕਰੀ ਉਹ ਵਧਾਈ ਸੀਗੀ ਉਹ ਤਾਂ ਹੈਗੀ ਸੀਗੀ ਹਾਂ ਉੱਦਾਂ ਇੱਦਾਂ ਸਪੋਰਟ ਬਹੁਤ ਕਰਦੇ ਸੀਗੇ ਜੀ ਜਿੱਦਾਂ ਆਹੀ ਸੀਗਾ ਕਿ ਬਹੁਤ ਜ਼ਿਆਦਾ ਸਪੋਰਟ ਕਰਦੇ ਸੀਗੇ ਉਹ ਕਦੇ ਧਿਆਨ ਨਹੀਂ ਜਾਣ ਦਿੱਤਾ ਇੱਧਰ ਇਹ ਚੀਜ਼ਾਂ ਵੱਲ ਜੀ ਜਿਸ ਟਾਈਮ 'ਤੇ ਮਤਲਬ ਸਾਡਾ ਟਾਈਮ ਸੀਗਾ ਮਿਹਨਤ ਕਰਨ ਦਾ ਐਮੀ ਵਿਰਕ ਹੋਣਾ ਨਾਲ ਫਿਰ ਕਿੱਦਾਂ ਦਾ ਰਿਹਾ ਉਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਜਦੋਂ ਸਕ੍ਰਿਪਟ ਲਿਖਾਈ ਹੋਊਗੀ ਉਦੋਂ ਵੀ ਤੁਹਾਡੀ ਮਦਦ ਲਈ ਹੋਊਗੀ ਉਹਨਾਂ ਨੇ ਤੁਸੀਂ ਕਹਾਣੀ ਆਪਣੀ ਸੁਣਾਈ ਹੋਊਗੀ ਤਾਂ ਐਮੀ ਵਿਰਕ ਉਹਨਾਂ ਨੂੰ ਹਾਕੀ ਸਿਖਾਈ ਫਿਰ ਹਾਂਜੀ ਭਾਅ ਜੀ ਜਿੱਦਾਂ ਮਤਲਬ ਉਹਨਾਂ ਨੂੰ ਇੱਕ ਸੀਗਾ ਚਾਅ ਜਾ ਕੇ ਅਰੇ ਮੈਂ ਕੰਮ ਕਰਨਾ ਕਿਉਂਕਿ ਇੱਕ ਪੰਜਾਬੀ ਤੁਸੀਂ ਲਾ ਲਓ ਇੱਦਾਂ ਦਾ ਕੰਮ ਮਤਲਬ ਪਹਿਲੀ ਵਾਰੀ ਹੀ ਹੋਣਾ ਸੀਗਾ ਜਿਵੇਂ ਕਾਫੀ ਜਿੱਦਾਂ ਕਮੇਡੀ ਮੂਵੀਆਂ ਹੋ ਗਈਆਂ ਲਵ ਸਟੋਰੀਆਂ ਹੋ ਗਈਆਂ ਨਾ ਇਹ ਚੀਜ਼ ਇੱਕ ਡਿਫਰੈਂਟ ਜੀ ਸੀਗੀ ਉਹਨਾਂ ਨੂੰ ਇੱਕ ਚਾਅ ਸੀਗਾ ਇਸ ਚੀਜ਼ ਦਾ ਜਿੱਦਾਂ ਮੈਂ ਉਹਨਾਂ ਨਾਲ ਰਿਹਾ ਮੈਂ ਦੇਖਦਾ ਸੀਗਾ ਮਤਲਬ ਉਹਨਾਂ ਨੇ ਮੇਰੇ ਵਰਗਾ ਬਣੇ ਜਿਵੇਂ ਜੀ ਘੱਟੋ ਘੱਟ 22-23 ਕਿਲੋ ਉਹਨਾਂ ਨੇ ਭਾਰ ਘਟਾਇਆ ਆਪਣਾ ਮਤਲਬ ਇਹ ਸੌਖੀ ਚੀਜ਼ ਨਹੀਂ ਆ ਜਿੱਦਾਂ ਇੱਕ ਸਾਲ ਹੀ ਨਹੀਂ ਰੋਟੀ ਪਾਣੀ ਵੱਲ ਦੇਖਿਆ ਹੋਣਾ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਨਾਂ ਨੇ ਇਸ ਮੂਵੀ ਲਈ ਅਤੇ ਜਿੱਦਾਂ ਲੱਗੇ ਹੀ ਰਹਿੰਦੇ ਸੀ ਗਰਾਊਂਡ 'ਚ ਉਹ ਅੱਛਾ ਭਾਈ ਇੰਟਰਨੈਸ਼ਨਲ ਸੀਨੀਅਰ ਤੱਕ ਪਹੁੰਚੇ ਫਿਰ ਫਿਲਮ ਤੋਂ ਪਹਿਲਾਂ ਜਾਂ ਫਿਲਮ ਤੋਂ ਬਾਅਦ ਕਿੰਨੇ ਕੁ ਮੈਚ ਖੇਡੇ ਹੋਊਗੇ ਹਾਂਜੀ ਭਾਈ ਮੈਂ ਸੀਨੀਅਰ ਮੇਰੇ 51 ਮੈਚ ਹੈ ਜੀ ਹਾਂਜੀ ਇੰਟਰਨੈਸ਼ਨਲ ਮੈਂ ਅਜਲਾਨ ਸ਼ਾਹ ਖੇਡਿਆ ਜੀ ਉਹ 'ਚ ਮੇਰੇ ਮੈਡ 3 ਅਜਲਾਨ ਸ਼ਾਹ ਖੇਡਿਆ ਜੀ ਮੇਰੇ ਮੈਡਲ ਆਈ 3 'ਚ ਫਿਰ ਚੈਂਪੀਅਨ ਟਰੋਫੀ 'ਚ ਮੇਰੇ ਮੈਡਲ ਆਈ ਹਾਂਜੀ ਲੰਡਨ ਦੇ ਵਿੱਚ ਅੱਛਾ ਜਦੋਂ 2016 ਦੇ ਵਿੱਚ ਇਹ ਵਰਲਡ ਕੱਪ ਹੋਇਆ 2018 ਦੇ ਵਿੱਚ ਫਿਲਮ ਬਣਦੀ ਹੈ ਉਸ ਫਿਲਮ ਦੇ ਨਾਲ ਕੁਝ ਜ਼ਿੰਦਗੀ ਦੇ ਵਿੱਚ ਇਫੈਕਟ ਪਿਆ ਗੇਮ ਦੇ ਉੱਤੇ ਇਫੈਕਟ ਪਿਆ ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਇੱਦਾਂ ਹੁੰਦੀਆਂ ਨੇ ਵੀ ਫਿਲਮ ਦੇ ਵੱਲ ਹਰਜੀਤੇ ਨੇ ਧਿਆਨ ਜ਼ਿਆਦਾ ਦੇ ਦਿੱਤਾ ਅਤੇ ਉਸਦੀ ਗੇਮ ਜਿਹੜੀ ਹੈ ਦੂਸਰੇ ਪਾਸੋਂ ਢਿੱਲੀ ਹੁੰਦੀ ਗਈ ਔਰ ਉਹ ਸੀਨੀਅਰਸ ਜਿਸ ਮੁਕਾਮ ਤੱਕ ਪਹੁੰਚਣਾ ਚਾਹੁੰਦਾ ਸੀ ਉਹ ਥੋੜ੍ਹਾ ਜਿਹਾ ਉਹਦੇ ਵਿੱਚ ਵਿਰਾਮ ਆਇਆ ਨਹੀਂ ਮੈਂ ਦੇਖੋ ਇਹ ਚੀਜ਼ ਮੈਨੂੰ ਨਹੀਂ ਪਤਾ ਕਿ ਇਹ ਚੀਜ਼ ਬਣ ਜੂਗੀ ਹੈ ਨਾ ਜੀ ਮੈਂ ਕਦੇ ਨਹੀਂ ਸੀ ਸੋਚਿਆ ਇਸ ਚੀਜ਼ ਬਾਰੇ ਕਿਉਂਕਿ ਮੇਰਾ ਤਾਂ ਹਜੇ ਟਾਈਮ ਸੀਗਾ ਮਤਲਬ ਮੈਂ ਹਜੇ ਕਿਉਂਕਿ ਇੱਕ ਜੂਨੀਅਰ ਪਲੇਅਰ ਦਾ ਉਹੀ ਹੁੰਦਾ ਕਿ ਜੂਨੀਅਰ 'ਚ ਵਧੀਆ ਪਰਫੋਰਮ ਕਰੇ ਸੀਨੀਅਰ 'ਚ ਜਾਵੇ ਜੀ ਮੇਰਾ ਵੀ ਇਹੀ ਪਲੇਟਫਾਰਮ ਸੀਗਾ ਮੇਰੇ ਅੱਗੇ ਵੀ ਏਮ ਸੀਗਾ ਮੈਂ ਅੱਗੇ ਏਸ਼ੀਅਨ ਗੇਮਾਂ ਕਾਮਨਵੈਲਥ ਜਿਹੜਾ ਵੀ ਆ ਰਿਹਾ ਸੀਗਾ ਟੂਰਨਾਮੈਂਟ ਮੇਰਾ ਜ਼ਿਆਦਾ ਫੋਕਸ ਮਤਲਬ ਉਹਦੇ 'ਤੇ ਹੀ ਸੀਗਾ ਪਰ ਉਹ ਤੋਂ ਬਾਅਦ ਮੈਂ ਮਤਲਬ ਕੈਂਪ 'ਚੋਂ ਆਊਟ ਹੋ ਗਿਆ ਸੀ ਉਹ ਤੋਂ ਬਾਅਦ ਮੈਂ ਵਾਪਸ ਨਹੀਂ ਗਿਆ ਅਤੇ ਉਹ ਮਤਲਬ ਮੈਨੂੰ ਨਹੀਂ ਪਤਾ ਕੀ ਰੀਜ਼ਨ ਸੀਗਾ ਕੀ ਨਹੀਂ ਕੀ ਕਾਰਨ ਮੰਨਦੇ ਹੋ ਤੁਹਾਨੂੰ ਆਪਣੇ ਪੱਧਰ ਦੇ ਉੱਤੇ ਗੇਮ ਤਾਂ ਤੁਸੀਂ ਉੱਥੇ ਵੀ ਜ਼ੋਰ ਲਾ ਕੇ ਖੇਡੀ ਹੋ ਇੱਕ ਕੈਪਟਨ ਦੀ ਸਿਲੈਕਸ਼ਨ ਨਾ ਹੋਵੇ ਅੱਗੇ ਜਾਂ ਅੱਗੇ ਨਾ ਜਾਣ ਦਾ ਮੌਕਾ ਮਿਲੇ ਤਾਂ ਵਿੱਚ ਕੋਈ ਤਾਂ ਕਿਤੇ ਨਾ ਕਿਤੇ ਕੁਛ ਰਹੀ ਹੋਊਗੀ ਇਹ ਚੀਜ਼ ਦਾ ਮੈਂ ਅੱਜ ਤੱਕ ਮੈਂ ਇਹੀ ਸੋਚ ਰਿਹਾ ਵੀ ਕੋਈ ਰੀਜ਼ਨ ਹੀ ਨਹੀਂ ਸੀਗਾ ਮਤਲਬ ਮੈਨੂੰ ਕੁਛ ਦੱਸਿਆ ਨਹੀਂ ਸੀਗਾ ਜੀ ਕੋਈ ਰੀਜ਼ਨ ਨਹੀਂ ਸੀਗਾ ਮੇਰੇ ਕੋਲ ਵੀ ਹਾਂ ਬਟ ਚਲੋ ਕੋਈ ਨਹੀਂ ਹਜੇ ਲਾਵਾਂਗੇ ਜ਼ੋਰੀ ਪਾਰਸ਼ੈਲਿਟੀ ਤਾਂ ਨਹੀਂ ਹੋ ਗਈ ਉਸ ਮੁਕਾਮ 'ਤੇ ਆ ਕੇ ਵੀ ਹਰਜੀਤਾ ਵੱਡੇ ਪਰਦੇ ਦੇ ਉੱਤੇ ਵੀ ਲੋਕ ਇਹਨੂੰ ਫੋਲੋ ਕਰਨ ਲੱਗ ਪਏ ਆ ਚੜ੍ਹਾਈ ਬਹੁਤ ਜ਼ਿਆਦਾ ਹੋ ਗਈ ਹੈ ਇਹ ਚੀਜ਼ਾਂ ਤਾਂ ਚਲੋ ਨੋਰਮਲ ਹੁੰਦੀਆਂ ਹੀ ਰਹਿੰਦੀਆਂ ਲਾਈਫ 'ਚ ਕੀ ਪਤਾ ਹੁਣ ਮੈਨੂੰ ਇਹਨਾਂ ਰੀਜ਼ਨ ਨਹੀਂ ਪਤਾ ਮੈਂ ਇਹ ਚੀਜ਼ਾਂ ਨਹੀਂ ਦੱਸ ਸਕਦਾ ਇਹ ਚੀਜ਼ਾਂ ਵੀ ਹਾਂ ਵੀ ਆਹ ਹੋਇਆ ਹੋਇਆ ਕਿਉਂਕਿ ਮੈਨੂੰ ਕੁਛ ਪਤਾ ਹੀ ਨਹੀਂ ਸੀਗਾ ਮੈਂ ਇੱਦਾਂ ਕਦੇ ਵੀ ਨਹੀਂ ਕਿਸੇ ਨਾਲ ਬੋਲਿਆ ਵੀ ਹਾਂ ਮੈਨੂੰ ਮੇਰਾ ਵੀ ਮੈਨੂੰ ਪਤਾ ਸੀਗਾ ਮੇਰੀ ਵਧੀਆ ਚੱਲ ਰਹੀ ਹੈ ਪਰਫੋਰਮੈਂਸ ਮਤਲਬ ਜਿੱਦਾਂ ਆਪਾਂ ਕੈਂਪ ਦੇ ਵਿੱਚ ਰਹੀਏ ਉਹ ਡੇ ਬਾਈ ਡੇ ਬੰਦਾ ਵਧੀਆ ਹੀ ਹੁੰਦਾ ਜੀ ਉਸ ਚੀਜ਼ 'ਚ ਜਿਵੇਂ ਦੋ ਸੀਨ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤੇ ਸੀ ਇੱਕ ਤਾਂ ਤੁਸੀਂ ਜਦੋਂ ਛੱਪੜ 'ਤੇ ਨਹਾਉਣ ਜਾਂਦੇ ਸੀਗੇ ਅਤੇ ਤੁਹਾਡੇ ਮਦਰ ਤੁਹਾਨੂੰ ਕਈ ਵਾਰ ਕੁੱਟ ਕੇ ਲਿਆਉਂਦੇ ਸੀਗੇ ਉੱਥੋਂ ਹੈ ਨਾ ਇੱਕ ਜਦੋਂ ਮੈਚ ਤੁਸੀਂ ਜਿੱਤਣ ਤੋਂ ਬਾਅਦ ਫਿਰ ਉੱਥੇ ਛੱਪੜ 'ਤੇ ਜਾਂਦੇ ਹੋ ਔਰ ਇੱਕ ਸੀਨ ਸੀਗਾ ਤੁਹਾਡੇ ਫਾਦਰ ਸਾਹਿਬ ਵਾਲਾ ਜਿਹੜਾ ਟਰੱਕ ਦੇ ਵਿੱਚ ਹੋਇਆ ਵੀ ਜਦੋਂ ਉਹ ਟਰੱਕ ਲੈ ਕੇ ਆ ਰਹੇ ਤਾਂ ਪੁਲਿਸ ਵਾਲੇ ਰੋਕਦੇ ਨੇ ਉਹ ਸੀਨਾਂ ਦੇ ਬਾਰੇ ਥੋੜ੍ਹਾ ਜਿਹਾ ਦੱਸ ਸਕਦੇ ਹੋ ਅਸਲ ਦੇ ਵਿੱਚ ਕੀ ਸੀਗੀ ਉਹ ਕਹਾਣੀ ਜ਼ਿੰਦਗੀ ਦੇ ਵਿੱਚ ਛੋਟੇ ਹੁੰਦੇ ਤਾਂ ਮੈਂ ਇੱਦਾਂ ਹੀ ਕਾਫੀ ਤੰਗ ਕੀਤਾ ਹੀ ਆ ਘਰਦਿਆਂ ਨੂੰ ਜੀ ਜਿੱਦਾਂ ਕੋਈ ਵੀ ਕੰਮ ਕਹਿਣਾ ਉਹਨਾਂ ਨੇ ਬਸ ਜਾਂ ਲੇਟ ਕਰਨਾ ਜਾਂ ਲੇਟ ਆਉਣਾ ਕਿਤੋਂ ਇੱਧਰ ਉੱਧਰ ਖੇਡ ਕੇ ਆਉਣਾ ਜੀ ਕੁੱਟ ਤਾਂ ਬਹੁਤ ਪਈ ਆ ਘਰਦਿਆਂ ਤੋਂ ਉਹ ਤਾਂ ਸਾਰਾ ਸਟੋਰੀ ਰਹੀ ਵਾਲੀ ਆ ਅਤੇ ਉਹ ਜਦੋਂ ਸਾਡਾ ਫਾਈਨਲ ਮੈਚ ਸੀਗਾ ਉਦੋਂ ਫਾਦਰ ਸਾਹਿਬ ਨਾਲ ਥੋੜ੍ਹੀ ਦੇਰ ਪਹਿਲਾਂ ਹੀ ਗੱਲ ਹੋਈ ਸੀਗੀ ਮੇਰੀ ਵੀ ਜਿੱਦਾਂ ਉਹ ਕਰਦੇ ਹੁੰਦੇ ਗੱਲ ਉਹ ਕਹਿੰਦੇ ਮੈਂ ਇੱਦਾਂ ਜਾ ਰਿਹਾ ਮਹਾਰਾਸ਼ਟਰਾਂ ਤੋਂ ਇੱਦਾਂ ਉਹਨਾਂ ਨੇ ਟਰੱਕ ਲੋਡ ਕੀਤਾ ਸੀਗਾ ਜਿੱਦਾਂ ਉਹ ਕਲਕੱਤੇ ਨੂੰ ਜਾਂਦੇ ਆ ਬੰਗਲਾਦੇਸ਼ ਬਾਰਡਰ 'ਤੇ ਉਹ ਇੱਦਾਂ ਉਹਨਾਂ ਨੇ ਰਾਹ 'ਚ ਹੀ ਮੈਚ ਦੇਖਿਆ ਸੀਗਾ ਹਾਂ ਉਹਨਾਂ ਨੇ ਬਾਅਦ ਦੱਸਿਆ ਮੈਨੂੰ ਕਹਿੰਦੇ ਮੈਂ ਇੱਦਾਂ ਸੀਨ ਫਿਰ ਸੁਣਾਇਆ ਹੋਊਗਾ ਕੀ ਹਾਂ ਜਿੱਦਾਂ ਉਹ ਜਿੱਦਾਂ ਉਹਨਾਂ ਨੂੰ ਘੇਰਿਆ ਉੱਥੇ ਜਿੱਦਾਂ ਨੋਰਮਲ ਮੇਰੇ ਕੱਪੜੇ ਪਾ ਕੇ ਰੱਖਦੇ ਆ ਉਹ ਜਿੱਦਾਂ ਉਹਨਾਂ ਨੇ ਨਿੱਕਰ ਹੀ ਪਾਈ ਸੀਗੀ ਜਾਂ ਮੇਰੇ ਫੋਟੋ ਵੀ ਰੱਖਦੇ ਆ ਉਹ ਅਖਬਾਰਾਂ 'ਚ ਜਿੱਦਾਂ ਉਹ ਬਾਹਰ ਹੀ ਰਹਿੰਦੇ ਆ ਜਿੱਦਾਂ ਨਿਊਜ਼ 'ਚ ਪੜ੍ਹ ਲੈਂਦੇ ਆ ਕਿਉਂਕਿ ਉਦੋਂ ਕਾਫੀ ਚਰਚਾ 'ਚ ਸੀਗੀ ਜੂਨੀਅਰ ਕਾਫੀ ਟੀਮ ਕਿਉਂਕਿ ਪਰਫੋਰਮੈਂਸ ਬਹੁਤ ਵਧੀਆ ਚੱਲ ਰਹੀ ਸੀ ਜਿੱਦਾਂ ਸਾਰੇ ਨਿਊਜ਼ 'ਤੇ ਜੂਨੀਅਰ ਟੀਮ ਮਤਲਬ ਅਗਰ ਬੰਦਾ ਵਧੀਆ ਕਰੇ ਤਾਂ ਫਿਰ ਉਹ ਐਕਚੁਅਲੀ ਹੋ ਹੀ ਜਾਂਦਾ ਅਤੇ ਉਦੋਂ ਬਸ ਇੱਦਾਂ ਹੀ ਰਾਹ 'ਚ ਉਹ ਅਖਬਾਰ ਪੜ੍ਹਦੇ ਰਹਿੰਦੇ ਸੀਗੇ ਦੇਖ ਕੇ ਫਿਰ ਉਹਨਾਂ ਨੇ ਇੱਦਾਂ ਰੱਖੀਆਂ ਹੋਈਆਂ ਸੀਗੀਆਂ ਫਿਰ ਉਹਨਾਂ ਨੂੰ ਦੱਸਿਆ ਗਿਆ ਜਿੱਦਾਂ ਮੇਰਾ ਮੁੰਡਾ ਜਿਹੜਾ ਵਰਲਡ ਕੱਪ ਜਿੱਤੇ ਆ ਵੀ ਹਰਜੀਤ ਸਿੰਘ ਮੇਰਾ ਮੁੰਡਾ ਜੀ ਉਹਨਾਂ ਨੂੰ ਵਧੀਆ ਪ੍ਰਾਊਡ ਫੀਲ ਹੋਇਆ ਕਾਫੀ ਕਿ ਹਾਂ ਫਿਰ ਉੱਥੇ ਪੁਲਿਸ ਵਾਲਿਆਂ ਨੇ ਰਾਹ ਵੀ ਛੱਡਤਾ ਸੀਗਾ ਜੀ ਅੱਜ ਕੱਲ੍ਹ ਕੀ ਚੱਲ ਰਿਹਾ ਹੁਣ ਲਾਈਫ ਦੇ ਵਿੱਚ ਹੁਣ ਤਾਂ ਕਰੋਨਾ ਕਰਕੇ ਮੈਨੂੰ ਲੱਗਦਾ ਮੈਚ ਵੀ ਬੰਦ ਹੋਏ ਨੇ ਅੱਗੇ ਫਿਰ ਨੈਸ਼ਨਲ ਦੇ ਵਿੱਚ ਜਾਣ ਦੀ ਟਰਾਈ ਜਾਂ ਉਹ ਕਿਵੇਂ ਹੁਣ
ਬਸ ਫਿਰ ਉਸ ਹਿਸਾਬ ਨਾਲ ਮਿਹਨਤ ਸਟਾਰਟ ਕਰਾਂਗੇ। ਫਾਦਰ ਸਾਹਿਬ ਅੱਜ ਵੀ ਟਰੱਕ ਚਲਾਉਂਦੇ ਨੇ ਜਾਂ? ਹਾਂਜੀ ਉਹ ਤਾਂ ਅੱਜ ਵੀ ਟਰੱਕ 'ਤੇ ਹੀ ਰਹਿੰਦੇ ਨੇ। ਹਾਂ ਉਹਨਾਂ ਦਾ ਉਹ ਲੌਂਗ ਰੂਟ ਦੇ ਡਰਾਈਵਰ ਹੈ, ਇੰਨਾ ਵਿਹਲਾ ਉਹਨਾਂ ਕੋਲ ਨਹੀਂ ਬੈਠਿਆ ਜਾਂਦਾ, ਚਲੀ ਜਾਂਦੇ ਆਉਂਦੇ ਆਪਦੀ ਮਰਜ਼ੀ ਨਾਲ ਹੀ, ਹਫ਼ਤਾ 10 ਦਿਨ ਬਹਿੰਦੇ ਨੇ ਫਿਰ ਚਲ ਜਾਂਦੇ ਨੇ। ਜਿਵੇਂ ਪਿੰਡ ਦੇ ਵਿੱਚ ਤਾਂ ਹਰਜੀਤ ਸਿੰਘ ਤੁੱਲੀ ਸੀਗਾ, ਲੋਕ ਅੱਜ ਵੀ ਪਿੰਡ ਦੇ ਤੁੱਲੀ ਕਹਿੰਦੇ ਨੇ ਜਾਂ ਹਰਜੀਤਾ ਹੋ ਗਿਆ ਪਿੰਡ? ਹੁਣ ਨਹੀਂ, ਜਿਹੜੇ ਤੁੱਲੀ ਉਹ ਕਹਿੰਦੇ ਕੋਈ ਹਰਜੀਤ ਕਹਿੰਦਾ, ਹੁਣ ਮਤਲਬ ਇੱਦਾਂ ਜਿੱਦਾਂ ਨਵੇਂ ਲੋਕ ਮਿਲਦੇ ਉਹ ਹਰਜੀਤਾ ਹੀ ਕਹਿੰਦੇ, ਵੀ ਹਰਜੀਤਾ ਜੀ ਹਰਜੀਤਾ, ਇਹ ਚੀਜ਼ ਨਵਾਂ ਨਾਮ ਮਿਲਿਆ, ਨਵੀਂ ਪਹਿਚਾਣ ਆ। ਜ਼ਿੰਦਗੀ ਦੇ ਵਿੱਚ ਤਬਦੀਲੀ ਤਾਂ ਬਹੁਤ ਵੱਡੀ ਹੈ ਜੀ। ਹਾਂਜੀ ਬਹੁਤ ਜ਼ਿਆਦਾ ਤਬਦੀਲੀਆਂ ਤਾਂ ਬਹੁਤ ਵਧੀਆ ਜੀ, ਮਤਲਬ ਆਪਾਂ ਤਾਂ ਹੀ ਮਿਲੇ ਅੱਜ, ਇਹ ਚੀਜ਼ਾਂ ਹੁੰਦੀਆਂ ਜੀ। ਲਾਈਫ ਵਧੀਆ ਚੱਲ ਰਹੀ ਆ ਉਦਾਂ। ਹੁਣ ਅੱਗੇ ਏਜ ਕਿੰਨੀ ਹੋ ਗਈ ਹੁਣ ਬਾਈ? ਹੁਣ ਮੇਰੀ 25 ਸਾਲ ਦੀ ਏਜ ਜੀ। ਹਾਂਜੀ ਅੱਗੇ ਫਿਰ ਹੁਣ ਘਰ ਦੇ ਵਿਆਹ ਦਾ ਪ੍ਰੈਸ਼ਰ ਵੀ ਪਾਉਂਦੇ ਹੋਗੇ? ਨਹੀਂ ਪ੍ਰੈਸ਼ਰ ਤਾਂ ਕੋਈ ਨਹੀਂ ਆ, ਆਪਣੀ ਮਨ ਮਰਜ਼ੀ ਹੈ ਜੀ, ਜਦੋਂ ਲੱਗਾਂਗੇ ਫਿਰ ਕਰਾ ਲਾਂਗੇ ਜੀ। ਕਰੋਨਾ ਦੇ ਕਰਕੇ ਇਫੈਕਟ ਪਿਆ ਗੇਮ ਨੂੰ ਸਾਰੀ ਨੂੰ, ਜਿਸ ਤਰੀਕੇ ਦੇ ਨਾਲ ਪਲੇਅਰਸ ਨੂੰ ਹੁਣ ਪ੍ਰੈਕਟਿਸ ਕਰਨ ਦਾ ਪੂਰਾ ਸਹੀ ਤਰੀਕੇ ਦੇ ਨਾਲ ਮੌਕਾ ਨਹੀਂ ਮਿਲ ਰਿਹਾ? ਨਹੀਂ ਤਾਂ ਬਹੁਤ ਇਹਦੇ ਨਾਲ, ਇਹ ਚੀਜ਼ ਨਾਲ ਬਹੁਤ ਜ਼ਿਆਦਾ ਇਫੈਕਟ ਪਿਆ, ਕਿਉਂਕਿ ਅਕੈਡਮੀਆਂ ਸਾਰੀਆਂ ਬੰਦ ਹੈ ਜੀ, ਪਲੇਅਰ ਸਾਰੇ ਘਰ ਹੀ ਹੈ ਜੀ, ਅਤੇ ਜਦੋਂ ਖੁੱਲ੍ਹਣਗੇ ਜਦੋਂ ਓਪਨ ਕਰਨਗੇ ਫਿਰ ਹੀ ਸਾਰਾ ਕੰਮ ਚਲੂ। ਮੈਚ ਬੰਦ ਹੈ ਜੀ, ਜਿੱਦਾਂ ਲਾ ਲਓ ਤੁਸੀਂ ਹੁਣ ਤੱਕ ਤਾਂ ਟੂਰਨਾਮੈਂਟ ਸ਼ੁਰੂ ਹੋ ਜਾਂਦੇ ਆ ਜੀ, ਵਧੀਆ ਟੋਪ ਲੈਵਲ ਦੇ ਵਧੀਆ ਟੂਰਨਾਮੈਂਟ ਜੀ, ਮਤਲਬ ਹੁਣ ਸਾਰੇ ਵਿਹਲੇ ਆ ਜੀ, ਤਾਂ ਕਰਕੇ ਇਹ ਚੀਜ਼ ਦਾ ਇਫੈਕਟ ਹੀ ਹੈ। ਅੱਛਾ ਬਾਈ, ਹਾਕੀ ਅਤੇ ਕ੍ਰਿਕਟ ਦੇ ਵਿੱਚ ਇੱਕ ਆਪਾਂ ਫਰਕ ਮਹਿਸੂਸ ਕਰਦੇ ਹਾਂ, ਬਹੁਤ ਜ਼ੋਰ ਵਾਲੀ ਗੇਮ ਹੈ, ਬੜੀ ਮਿਹਨਤ ਲੱਗਦੀ ਹੈ ਇਹਦੇ ਵਿੱਚ, ਦੂਸਰੇ ਪਾਸੇ ਕ੍ਰਿਕਟ ਵੀ ਹੈ ਉਹਦੀ ਲੋਕਾਂ ਦੇ ਵਿੱਚ ਮਕਬੂਲੀਅਤ ਬਹੁਤ ਹੈ, ਉਹਦੇ ਵਿੱਚ ਕਹਿੰਦੇ ਪੈਸਾ ਵੀ ਵੱਧ ਹੈ, ਲੱਗਦਾ ਵੀ ਕਿਤੇ ਨਾ ਕਿਤੇ ਹਾਕੀ ਇਸ ਪੱਖੋਂ ਥੋੜ੍ਹੀ ਪਿੱਛੇ ਰਹਿ ਜਾਂਦੀ ਹੈ ਕ੍ਰਿਕਟ ਦੇ ਨਾਲੋਂ? ਨਹੀਂ, ਉਹ ਉਹਨਾਂ ਦੀ ਮਤਲਬ ਉਹਨਾਂ ਦਾ ਇੱਕ ਵੱਖਰਾ ਲੈਵਲ ਹੈ। ਹੁਣ ਜਿਹੜੀ ਚੀਜ਼ ਆਪਾਂ ਜ਼ਿਆਦਾ ਦਿਖਾਵਾਂਗੇ, ਹੁਣ ਤੁਸੀਂ ਕ੍ਰਿਕਟ ਲਾ ਲਓ, ਉਹ ਮਤਲਬ 24 ਘੰਟੇ ਚੱਲਦੀ ਰਹਿੰਦੀ ਹੈ, ਨਿਊਜ਼ ਆਪਣਾ ਸਟਾਰ ਸਪੋਰਟਸ ਵਾਲੇ ਦਿਖਾਉਂਦੇ ਸਾਰਾ ਕੁਛ ਟੀ ਵੀ 'ਤੇ, ਆਪਾਂ ਵੀ ਉਹੀ ਲਾ ਕੇ ਬੈਠੇ ਰਹਿੰਦੇ ਆ। ਇਹ ਚੀਜ਼ਾਂ ਮਤਲਬ ਉਹਨਾਂ ਨੇ ਪ੍ਰਮੋਸ਼ਨ ਵੀ ਕਿਤੇ ਨਾ ਕਿਤੇ ਉਹਨਾਂ ਨੇ ਕੀਤੀਆਂ ਜੀ, ਮਤਲਬ ਹਾਕੀ ਵੀ ਹੁਣ ਤਾਂ ਬਹੁਤ ਵਧੀਆ ਲੈਵਲ ਹੋਇਆ, ਹੁਣ ਤਾਂ ਕਾਫੀ ਲੋਕਾਂ ਨੂੰ ਪਤਾ, ਜਿੱਦਾਂ ਲੀਗ ਹੋਈ ਸੀਗੀ ਜੀ, ਉਹ ਲੀਗਾਂ ਹੋਣੀਆਂ ਚਾਹੀਦੀਆਂ ਉਹਨਾਂ 'ਚ, ਜਿੱਦਾਂ ਸਾਨੂੰ ਜਿੱਦਾਂ ਅਸੀਂ ਜੂਨੀਅਰ ਪਲੇਅਰ ਖੇਡੇ ਆ, ਉਹ ਲੀਗ ਦੇ ਵਿੱਚ ਜਿਨ੍ਹਾਂ ਕੋਲ ਓਲੰਪਿਕ 'ਚ ਮੈਡਲ ਆ, ਵਰਲਡ ਕੱਪ 'ਚ ਮੈਡਲ ਆ, ਉਹ ਪਲੇਅਰ ਜਿੱਦਾਂ ਖੇਡਣ ਆਏ ਆ ਇੱਥੇ, ਉਹਨਾਂ ਨਾਲ ਖੇਡ ਕੇ ਸਾਨੂੰ ਉਹਨਾਂ ਤੋਂ ਐਕਸਪੀਰੀਅੰਸ ਸਾਨੂੰ ਉਹਨਾਂ ਤੋਂ ਸਿੱਖਣ ਨੂੰ ਮਿਲਿਆ, ਵੀ ਐਡੇ ਵੱਡੇ ਟੂਰਨਾਮੈਂਟ 'ਚ ਤੁਸੀਂ ਕਿਵੇਂ ਹੈਂਡਲ ਕਰਦੇ ਹੋ ਪ੍ਰੈਸ਼ਰ, ਜਿੱਦਾਂ ਅਸੀਂ ਵਰਲਡ ਕੱਪ ਖੇਡੇ ਉਦੋਂ ਖੇਡਣਾ ਸੀਗਾ ਹਜੇ, ਉਹਨਾਂ ਨੇ ਸਾਨੂੰ ਦੱਸਿਆ ਵੀ ਇੱਦਾਂ ਨਹੀਂ ਪ੍ਰੈਸ਼ਰ ਲਈਦਾ, ਵੀ ਆਪਣੀ ਨੋਰਮਲ ਉਹਦੇ ਵਿੱਚ ਜਾਓ ਖੇਡਣ, ਵੀ ਬਸ ਉਹ ਚੀਜ਼ਾਂ ਦਾ ਸਾਨੂੰ ਮਤਲਬ ਵਧੀਆ, ਹਾਂ ਇੱਕ ਮਤਲਬ ਉਹ ਤੋਂ ਬਾਅਦ ਤੁਸੀਂ ਫਾਈਨੈਂਸ਼ੀਅਲ ਲਾ ਲਓ, ਪੈਸੇ ਵੀ ਆਏ ਆ ਸਾਰਿਆਂ ਕੋਲ, ਫਿਰ ਉਹ ਚੀਜ਼ਾਂ ਮਤਲਬ ਵਧੀਆ ਲਾਈਫ ਸਟਾਈਲ ਸਾਰਾ ਕੁਛ, ਘਰ ਬਾਰ ਵਧੀਆ ਹੀ ਹੋ ਗਿਆ। ਜਿਸ ਦਿਨ ਪਹਿਲੇ ਤਾਂ ਨਿੱਕਰ ਅਤੇ ਉਹਦੇ ਟੀ ਸ਼ਰਟ ਦੇ ਲਾਲਚ ਵਿੱਚ ਗਏ ਸੀ, ਕਦੀ ਸੋਚਿਆ ਸੀਗਾ ਵੀ ਹਰਜੀਤਾ ਕੈਪਟਨ ਬਤੌਰ ਖੇਡੇਗਾ, ਵਰਲਡ ਕੱਪ ਵੀ ਜਿੱਤੇਗਾ? ਇਹ ਚੀਜ਼ਾਂ ਤਾਂ ਚਲੋ ਸੋਚਿਆ ਨਹੀਂ ਸੀਗੀਆਂ ਕਦੇ, ਉਦੋਂ ਤਾਂ ਬੰਦਾ ਨਹੀਂ ਸੋਚਦਾ, ਮਤਲਬ ਜਦੋਂ ਇੱਥੇ ਆਏ ਉਦੋਂ ਫਿਰ ਸੋਚਿਆ ਸੀਗਾ ਕਿ ਯਾਰ ਵੀ, ਜਦੋਂ ਇੱਥੇ ਆ ਕੇ ਪਤਾ ਲੱਗਿਆ ਵੀ ਹਾਂ ਹਾਕੀ ਕੀ ਚੀਜ਼ ਆ, ਵੀ ਇਹਦਾ ਕੀ ਲੈਵਲ ਆ, ਫਿਰ ਇੱਥੇ ਆ ਕੇ ਕਾਫੀ ਸੀਰੀਅਸ ਹੋਏ ਸੁਰਜੀਤ ਅਕੈਡਮੀ ਜਾ ਕੇ। ਹਾਕੀ ਨੇ ਬਹੁਤ ਮਾਣ ਸਨਮਾਨ ਦਿੱਤਾ, ਫਿਲਮ ਵੀ ਬਣ ਗਈ, ਫਿਲਮ ਦਾ ਥੋੜ੍ਹਾ ਜਿਹਾ ਇੱਕ ਵਾਰੀ ਸਵਾਲ ਮੇਰਾ ਆਖਰੀ ਮੈਂ ਲਊਂਗਾ, ਵੀ ਫਿਲਮ ਵਾਲਿਆਂ ਨਾਲ ਕਿਵੇਂ ਰਾਬਤਾ ਹੋਇਆ ਸੀਗਾ, ਕੌਣ ਆਇਆ ਤੁਹਾਡੇ ਕੋਲ, ਔਰ ਤੁਹਾਡੇ ਉਦੋਂ ਪਹਿਲੀ ਜਦੋਂ ਮਾਇੰਡ ਦੇ ਵਿੱਚ ਕੀ ਸੋਚ ਆਈ ਵੀ ਯਾਰ ਹਾਂ ਫਿਲਮ ਵੀ ਮੇਰੇ 'ਤੇ ਬਣਨ ਲੱਗੀ ਆ? ਉਦੋਂ ਅਸੀਂ ਵਰਲਡ ਕੱਪ ਹੀ ਜਿੱਤੇ ਸੀਗੇ, ਜਿੱਦਾਂ ਫੋਟੋ ਵਾਇਰਲ ਹੋਈ ਸੀਗੀ, ਐਮੀ ਭਾਅ ਜੀ ਅਤੇ ਜਗਦੀਪ ਸਿੱਧੂ ਜਿਹੜੇ ਡਾਇਰੈਕਟਰ ਹੈ, ਜਿਨ੍ਹਾਂ ਨੇ ਸਟੋਰੀ ਲਿਖੀ ਸੀਗੀ, ਉਹ ਇੱਦਾਂ ਬੋਂਬੇ ਦੇ ਵਿੱਚ ਦੰਗਲ ਮੂਵੀ ਦੇਖ ਰਹੇ ਸੀਗੇ, ਅਤੇ ਉਹਨਾਂ ਨੇ ਉੱਥੋਂ ਫਿਰ ਇੱਦਾਂ ਪਲਾਨ ਕੀਤਾ ਸੀਗਾ ਵੀ ਯਾਰ ਆਪਾਂ ਪੰਜਾਬੀ ਪੰਜਾਬੀ ਇੰਡਸਟਰੀ 'ਚ ਕੋਈ ਇੱਦਾਂ ਦੀ ਚੀਜ਼ ਲਿਆਈਏ, ਅਲੱਗ ਜੀ ਇੱਕ ਅਲੱਗ ਜਿਹਾ ਕੰਸੈਪਟ ਆ, ਵੀ ਅੱਜ ਤੱਕ ਆਈ ਵੀ ਨਹੀਂ ਕਿਸੇ ਦੇ ਬਾਇਓਪਿਕ ਪੰਜਾਬ ਦੇ ਵਿੱਚ, ਅਤੇ ਬਸ ਉੱਥੋਂ ਉਹਨਾਂ ਨੇ ਸੋਚਿਆ, ਫਿਰ ਮੇਰੀ ਇੱਦਾਂ ਫੋਟੋ ਵਾਇਰਲ ਹੋਈ, ਕਿਤੇ ਜਗਦੀਪ ਸਿੱਧੂ ਭਾਈ ਨੂੰ ਵੈਸੇ ਹੀ ਦੇਖਦੇ ਹੋਣੇ ਆ, ਅਤੇ ਉਹਨਾਂ ਨੂੰ ਬਹੁਤ ਵਧੀਆ ਲੱਗੀ ਉਹ ਫੋਟੋ, ਜਿੱਦਾਂ ਉਹ ਤੋਂ ਬਾਅਦ ਉਹਨਾਂ ਨੇ ਰਿਸਰਚ ਕੀਤੀ ਕਾਫੀ, ਸਟੋਰੀਆਂ ਹੋਰ ਵੀ ਸੀਗੀਆਂ ਮੇਰੀਆਂ, ਇੰਟਰਵਿਊਆਂ ਦੇਖੀਆਂ ਉਹਨਾਂ ਨੇ, ਉਹਨਾਂ ਨੂੰ ਬਹੁਤ ਵਧੀਆ ਲੱਗੀ ਕਿ ਯਾਰ ਇਹ ਚੀਜ਼ ਇੱਕ ਅੱਜ ਦੇ ਜਿੱਦਾਂ ਯੂਥ ਲਈ ਲਾ ਲਓ ਤੁਸੀਂ, ਹੈ ਨਾ ਵੀ ਇਹ ਚੀਜ਼ ਇੱਕ ਵਧੀਆ ਮੋਟੀਵੇਸ਼ਨ ਬਣ ਸਕਦੀ ਆ, ਅਤੇ ਉਹਨਾਂ ਨੇ ਬਸ ਉਹੀ ਚੀਜ਼ ਸੋਚ ਕੇ ਫਿਰ ਮੈਨੂੰ 3-4 ਦਿਨ ਬਾਅਦ ਜਿੱਦਾਂ ਵਰਲਡ ਕੱਪ ਤੋਂ ਭਾਈ ਦਾ ਕਾਲ ਆਇਆ ਸੀਗਾ, ਐਮੀ ਭਾਈ ਦਾ, ਫਿਰ ਅਸੀਂ ਦਿੱਲੀ ਦੇ ਡਿਨਰ 'ਤੇ ਮਿਲੇ ਜੀ, ਉੱਥੇ ਫਿਰ ਉਹਨਾਂ ਨੇ ਇਹ ਚੀਜ਼ ਦੱਸੀ ਵੀ ਇੱਦਾਂ ਆਪਾਂ ਇੱਕ ਮੂਵੀ ਬਣਾਉਣੀ ਤੇਰੇ 'ਤੇ ਵੀ, ਜਿਹਨੂੰ ਤੂੰ ਜਿਹਦੇ ਨਾਲ ਵੀ ਮਤਲਬ ਤੂੰ ਰਹਿੰਦਾ ਜ਼ਿਆਦਾ, ਜਿਹਨਾਂ ਦੀ ਤੂੰ ਮੰਨਦਾ ਉਹਨਾਂ ਨੂੰ ਤੂੰ ਸਲਾਹ ਕਰ ਵੀ ਕਿਵੇਂ, ਫਿਰ ਉਸ ਹਿਸਾਬ ਨਾਲ ਸਾਰੀ ਗੱਲਬਾਤ ਹੋਈ ਜੀ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਔਰ ਅਸੀਂ ਇਹੀ ਆਸ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੰਟਰਨੈਸ਼ਨਲ ਹਾਕੀ ਦੇ ਵਿੱਚ ਇੱਕ ਵਾਰ ਫਿਰ ਲੋਕਾਂ ਨੂੰ ਦੇਖੋ, ਕਿਉਂਕਿ ਗੈਪ ਮੈਨੂੰ ਲੱਗਦਾ ਥੋੜ੍ਹਾ ਜਿਹਾ ਵੱਧ ਗਿਆ। ਕਿੰਨਾ ਕੁ ਗੈਪ ਹੋ ਗਿਆ? ਮੇਰੇ ਹਿਸਾਬ ਨਾਲ ਹੋ ਗਿਆ 3-4 ਸਾਲ ਦਾ ਤਾਂ ਹੋ ਗਿਆ ਹੀ ਗੈਪ, ਮਨ ਦੇ ਵਿੱਚ ਕਿਤੇ ਨਾ ਕਿਤੇ ਆਉਂਦਾ ਹੋਊਗਾ ਯਾਰ ਗੈਪ ਜ਼ਿਆਦਾ ਵੱਧ ਗਿਆ? ਨਹੀਂ ਆਉਂਦਾ, ਜਿੱਦਾਂ ਮੈਂ ਲਾਸਟ ਈਅਰ ਮੈਂ ਹੋਲੈਂਡ ਦੇ ਵਿੱਚ ਖੇਡ ਕੇ ਆਇਆ ਜੀ, ਮਤਲਬ ਹਾਕੀ ਦੀ ਸਭ ਤੋਂ ਟੋਪ ਲੀਗ ਆ ਯੂਰਪ ਲੀਗ ਜੀ,
ਕੋਈ ਇਦਾਂ ਦਾ ਉਹ ਨਹੀਂ ਆ ਜਿੱਦਾਂ ਲੀਗਾਂ ਸ਼ੁਰੂ ਹੋਣਗੀਆਂ ਬਾਅਦ ਮੈਂ ਫਿਰ ਟਰਾਈ ਕਰਾਂਗਾ ਜੀ। ਫਿਲਮ ਨੂੰ ਹਾਵੀ ਤਾਂ ਨਹੀਂ ਮੰਨਦੇ ਕਰੀਅਰ ਦੇ ਉੱਤੇ? ਨਹੀਂ ਉਹ ਤਾਂ ਚਲੋ ਅਲੱਗ ਚੀਜ਼ ਹੈ ਜੀ, ਇੱਕ ਮੈਂ ਨਹੀਂ ਇੰਨਾ ਸੋਚਦਾ ਨਹੀਂ ਆ, ਮਤਲਬ ਇੱਕ ਅਲੱਗ ਚੀਜ਼ ਆ ਗਈ ਆ, ਮੈਂ ਜ਼ਿਆਦਾ ਉਹਦੇ ਬਾਰੇ ਨਹੀਂ ਸੋਚਦਾ ਜੀ, ਕਿਉਂਕਿ ਹਜੇ ਤਾਂ ਮੇਰੀ ਬਹੁਤ ਏਜ ਪਈ ਆ, ਹਜੇ ਮੈਂ ਹੋਰ ਕੁਛ ਵੀ ਕਰਨਾ ਜੀ, ਜਿਵੇਂ ਹੁਣੀ ਤੋਂ ਇਹ ਚੀਜ਼ਾਂ ਲੈ ਕੇ ਬਹਿ ਗਏ ਵੀ ਹਾਂ ਠੀਕ ਆ, ਆ ਗਈ ਤਾਂ ਆ ਗਈ, ਉਹ ਚੀਜ਼ ਨਹੀਂ ਜੀ। ਬਹੁਤ ਵਧੀਆ ਲੱਗਾ ਬਾਈ ਜੀ ਗੱਲਬਾਤ ਕਰਕੇ, ਔਰ ਅਸੀਂ ਇਹੀ ਆਸ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੰਟਰਨੈਸ਼ਨਲੀ ਇੱਕ ਵਾਰ ਫਿਰ ਇੰਡੀਆ ਦੇ ਲਈ ਗੋਲਡ ਮੈਡਲ ਲੈ ਕੇ ਆਓ, ਔਰ ਸਾਡੀਆਂ ਦੁਆਵਾਂ, ਸਾਡਾ ਪਿਆਰ, ਸਾਡੇ ਦਰਸ਼ਕਾਂ ਦਾ ਸਾਰਾ ਤੁਹਾਡੇ ਨਾਲ ਹੈ, ਔਰ ਮਿਹਨਤ ਤੁਸੀਂ ਲਗਾਤਾਰ ਕਰਦੇ ਰਹੋ ਗੱਲਬਾਤ ਕਰਨ ਲਈ। ਬਹੁਤ ਬਹੁਤ ਤਾਂ ਇਹ ਸੀ ਹਰਜੀਤਾ ਹਰਜੀਤ ਸਿੰਘ ਤੁੱਲੀ, ਜਿਸ ਨੇ 2016 ਦੇ ਯੂਨੀਅਨ ਵਰਲਡ ਕੱਪ ਦੇ ਵਿੱਚ ਗੋਲਡ ਮੈਡਲ ਜਿੱਤਿਆ ਬਤੌਰ ਕਪਤਾਨ, ਉਸ ਮੈਚ ਦੇ ਵਿੱਚ ਵਧੀਆ ਪਰਫਾਰਮ ਕੀਤਾ, ਔਰ ਉਸ ਤੋਂ ਬਾਅਦ ਇੱਕ ਫੋਟੋ ਵਾਇਰਲ ਹੁੰਦੀ ਹੈ ਵਰਲਡ ਕੱਪ ਦੀ ਟਰੋਫੀ ਦੇ ਨਾਲ, ਉਸ ਟਰੋਫੀ ਨੇ, ਉਸ ਵਰਲਡ ਕੱਪ ਨੇ ਹਰਜੀਤੇ ਨੂੰ ਅਜਿਹੀ ਪਹਿਚਾਣ ਦਿੱਤੀ ਕਿ ਹਰਜੀਤੇ ਦੇ ਉੱਤੇ ਇੱਕ ਬਾਇਓਪਿਕ ਬਣੀ, ਉਸ ਬਾਇਓਪਿਕ ਨੂੰ ਵੀ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ। ਪਰ ਉਸ ਤੋਂ ਬਾਅਦ 3 ਸਾਲ ਲਗਭਗ ਤੋਂ 3 ਤੋਂ 4 ਸਾਲ ਦਾ ਗੈਪ ਪੈ ਗਿਆ, ਦੱਸਿਆ ਵੀ ਕਿਸ ਤਰੀਕੇ ਦੇ ਨਾਲ, ਕਿਤਨਾ ਕਿਤੇ ਇਨਡਾਇਰੈਕਟਲੀ ਦੱਸਿਆ ਵੀ ਕਿਤੇ ਨਾ ਕਿਤੇ ਇੱਕ ਪਾਸੇ ਜਿੱਥੇ ਚੜ੍ਹਾਈ ਹੋਈ ਸੀ, ਫਿਲਮ ਦੇ ਵਿੱਚ ਪ੍ਰਸਿੱਧੀ ਮਿਲੀ ਜਾਂ ਗੇਮ ਦੇ ਵਿੱਚ ਪ੍ਰਸਿੱਧੀ ਮਿਲੀ ਤਾਂ ਕੁਝ ਕਾਰਨ ਇਸ ਦੇ ਨਾਲ ਰਿਲੇਟਡ ਵੀ ਰਹੇ ਹੋਣਗੇ ਕਿ ਹਰਜੀਤੇ ਨੂੰ ਅੱਗੇ ਇੱਕ ਕਪਤਾਨ ਹੋਵੇ ਟੀਮ ਦਾ ਔਰ ਵਰਲਡ ਚੈਂਪੀਅਨ ਹੋਵੇ, ਔਰ ਉਸਨੂੰ ਅੱਗੇ ਖੇਡਣ ਦਾ ਮੌਕਾ ਕਿਉਂ ਨਹੀਂ ਮਿਲਿਆ। ਤਾਂ ਕਿਤੇ ਨਾ ਕਿਤੇ ਮਲਾਲ ਉਹਨਾਂ ਦੀਆਂ ਗੱਲਾਂ ਦੇ ਵਿੱਚ ਸਾਫ਼ ਤੌਰ ਦੇ ਉੱਤੇ ਝਲਕ ਰਿਹਾ ਸੀ ਵੀ ਸ਼ਾਇਦ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਵੀ ਮੇਰੇ ਨਾਲ ਕੁਝ ਗਲਤ ਹੋਇਆ ਇਸ ਪੂਰੇ ਹਾਕੀ ਕਰੀਅਰ ਦੇ ਵਿੱਚ। ਫਿਲਹਾਲ ਤੁਹਾਨੂੰ ਇੰਟਰਵਿਊ ਕਿੱਦਾਂ ਦਾ ਲੱਗਾ, ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਤੁਸੀਂ ਆਸਾਂ ਨਾਲ ਸਾਂਝੇ ਕਰ ਸਕਦੇ ਹੋ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ ਜਲੰਧਰ।